ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਇੱਥੇ ਸਾਰੇ ਸਿੱਖ ਵੀਰ ਇਕੱਠੇ ਹੋਏ ਆ, ਬਹਾਦਰ ਸੈਨਾ ਨੂੰ ਅਸੀਂ ਚੈਲੰਜ ਕਰਦੇ ਆ। ਸਵੇਰ ਦੇ ਅਸੀਂ ਇੱਥੇ 8 ਵਜੇ ਦੇ ਆ ਕੇ ਬੈਠੇ ਆ, ਟਾਈਮ 1:30 ਵਜੇ ਦਾ ਹੋ ਚੁੱਕਿਆ, ਅਜੇ ਤੱਕ ਇਹਨਾਂ ਦੇ ਵਿੱਚੋਂ ਕੋਈ ਨਹੀਂ ਪਹੁੰਚਿਆ। ਅਸੀਂ ਤਾਂ ਸਵੇਰ ਦੇ 9 ਵਜੇ ਤੁਹਾਨੂੰ ਉਡੀਕ ਰਹੇ ਆ, ਤੁਹਾਡੇ ਸਿਰ ਦੇ ਵਿੱਚ ਐਸੀਆਂ ਜੁੱਤੀਆਂ ਮਾਰਨੀਆਂ, ਤੁਸੀਂ ਇੱਕ ਵਾਰ, ਅਸੀਂ ਗੁਰੂ ਦੇ ਸਾਰੇ ਸਿੱਖ ਖੜੇ ਆ, ਜੇ ਤੁਸੀਂ ਸਾਨੂੰ ਅੱਧਾ ਮਿੰਟ ਵੀ ਝੱਲ ਜਮੋ ਤਾਂ ਅਸੀਂ ਤੁਹਾਡੇ ਦੇਣਦਾਰ ਹੋਵਾਂਗੇ। ਅੱਜ ਤੱਕ ਦੱਸ ਦੋ ਕਿਤੇ ਤੁਸੀਂ ਵੀ ਟਾਈਮ ਪਾ ਕੇ ਕਦੇ ਆਏ ਹੋਵੋ। ਨਾਲ ਤੁਹਾਨੂੰ ਇਹ ਵੀ ਚੈਲੰਜ ਕਰਦੇ, ਤੁਹਾਨੂੰ ਕੁੱਟਣਾ ਰਫਲਾਂ ਬੰਦੂਕਾਂ ਨਾਲ ਨੀ, ਸੋਟਿਆਂ ਨਾਲ, ਡੰਡਿਆਂ ਨਾਲ ਹੀ ਕੁੱਟਣਾ, ਤੇ ਥੋੜੀ ਇਹਨਾਂ ਨਾਲ ਜਿਹੜੀਆਂ ਥੋੜੀਆਂ ਪਸਤੌਲੀਆਂ ਨਾ, ਪਸਤੌਲੀਆਂ ਖੋ ਕੇ ਘਰਾਂ ਨੂੰ ਰਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਸਾਥੀਆਂ ਨੂੰ, ਸਾਰਿਆਂ ਨੂੰ ਜੋ ਇੱਥੇ ਨਹੀਂ ਵੀ ਆਏ, ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਮੇਰੇ ਵੀਰਿਓ, ਪੰਜਾਬ 'ਚ ਨਸ਼ਿਆਂ ਦਾ ਦਰਿਆ ਵਗ ਰਿਹਾ, ਨਸ਼ਿਆਂ ਤੋਂ ਬਚੋ, ਅੱਜ ਤੁਹਾਡੀ ਕੌਮ ਨੂੰ ਤੁਹਾਡੀ ਲੋੜ ਆ। ਆਹ ਕਾਲਜਾਂ ਦੀਆਂ ਲੜਾਈਆਂ, ਕੁੜੀਆਂ ਦੇ ਮਗਰ ਜਾਣਾ, ਅਸ਼ਟੀਆਂ ਛੱਡ ਕੇ ਇੱਥੇ ਆਪਣੀ ਪੰਥ ਦੇ ਲਈ ਇਕੱਠੇ ਹੋਵੋ। ਮੈਂ ਆਪਣੀ ਮਾਂ ਨੂੰ ਘਰੋਂ ਕਹਿ ਕੇ ਆਇਆ ਸੀ, ਅੱਜ ਮੈਂ ਜੇ ਨਾ ਵੀ ਆਵਾਂ ਨਾ ਤਾਂ ਮੇਰੇ ਆਉਣ ਤੇ ਇੰਨੀ ਖੁਸ਼ੀ ਮਨਾਇਓ ਵੀ ਤੁਹਾਡਾ ਪੁੱਤ ਆਪਣੀ ਸਿੱਖ ਕੌਮ ਕਰਕੇ ਸ਼ਹੀਦ ਹੋਇਆ, ਸਾਡੀ ਜਾਨ ਵੀ ਚਲੇ ਜਾਵੇ। ਕੌਮ ਨਾਲ ਜੁੜੋ, ਆ ਕਾਲਜਾਂ ਦੀਆਂ ਪ੍ਰਧਾਨਗੀਆਂ ਛੱਡੋ, ਤੇ ਇੱਥੇ ਜਦੋਂ ਕਿਤੇ ਸਿੱਖ ਕੌਮ ਤੇ ਪੀੜਾ ਪੈਂਦੀ ਆ ਇੱਥੇ ਇਕੱਠੇ ਹੋਇਆ ਕਰੋ। ਇੰਨੀ ਕੁ ਦਾਸ ਦੀ ਬੇਨਤੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।